ਹਾਲਾਤਾਂ ਨੂੰ ਕੁਛ ਨਹੀਂ ਹੋਇਆ ਸੀ, ਬਸ ਸੰਗਤ ਬੜੀ ਚ ਪੈ ਗਈ। ਤੁਸੀਂ ਹੈਰਾਨ ਹੋਵੋਗੇ, ਉਹ ਬਾਦਲਾਂ ਦੇ ਕਾਰੋਬਾਰ ਦੇ ਭਾਈਵਾਲ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਆੜਤੀਆਂ ਕੋਲੋਂ 50 ਲੱਖ ਦੀ ਫਰੌਤੀ ਮੰਗੀ ਬੱਬਰ ਖਾਲਸਾ ਦੇ ਨਾਂ ਤੇ, ਇਹ ਮਾਹੌਲ ਕੌਣ ਖਰਾਬ ਕਰ ਰਿਹਾ ਹੁਣ ਦੱਸੋ। 50 ਲੱਖ ਰੁਪਏ ਦੀ ਫਰੌਤੀ ਮੰਗੀ ਤਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਵੀ ਤੁਹਾਨੂੰ ਘਰ ਬੰਬ ਨਾਲ ਦਾਂਗੇ, ਤੁਹਾਨੂੰ ਗੋਲੀ ਮਾਰ ਦਾਂਗੇ। ਮਲੌਟ ਦੇ ਇੱਕ ਵਪਾਰੀ ਨੂੰ ਬੱਬਰ ਖਾਲਸਾ ਦੇ ਨਾਂ ਤੇ ਜਾਨੋਂ ਮਾਰਨ ਅਤੇ 50 ਲੱਖ ਦੀ ਫਰੌਤੀ ਦੀ ਮੰਗ ਕਰਨ ਵਾਲੇ ਆੜਤੀ ਬਾਪ ਪੁੱਤ ਨੂੰ ਮਲੌਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਮਲੌਟ ਦੇ ਕਾਰੋਬਾਰੀ ਰਾਜਕੁਮਾਰ ਨਾਗਪਾਲ ਦੇ ਘਰ 25 ਅਕਤੂਬਰ ਨੂੰ ਬੱਬਰ ਖਾਲਸਾ ਦੀ ਇੱਕ ਚਿੱਠੀ ਮਿਲੀ ਸੀ, ਜਿਸ ਵਿੱਚ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ 50 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਸੀ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੜਤ ਵਿੱਚ ਘਾਟਾ ਪੈਣ ਕਰਕੇ ਮਲੌਟ ਦੇ ਆੜਤੀ ਜਸਪਾਲ ਸਿੰਘ ਕੰਗ ਨੇ ਆਪਣੇ ਪੁੱਤਰ ਸੰਦੀਪ ਸਿੰਘ ਕੰਗ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਤੇ ਜਾਲੀ ਪੱਤਰ ਪੈਡ ਬਣਾ ਕੇ ਸ਼ਹਿਰ ਦੇ ਨਾਮੀ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਰੌਤੀ ਦੀ ਮੰਗ ਕੀਤੀ ਗਈ ਸੀ। ਏਦਾਂ ਸੀ ਕਿ ਮਿਤੀ 8/11 ਨੂੰ ਰਾਜੀ ਨਾਗਪਾਲ ਵੱਲੋਂ ਇੱਥੇ ਜਿਹੜੇ ਸ਼ਹਿਰ ਦੇ ਵਿੱਚ ਸਾਡੇ ਬਿਜ਼ਨਸਮੈਨ ਹੈਗੇ ਆੜਤ ਦਾ ਕੰਮ ਕਰਦੇ ਆ, ਇਹਨਾਂ ਵੱਲੋਂ ਸਾਨੂੰ ਸੂਚਿਤ ਕੀਤਾ ਗਿਆ ਕਿ ਸਾਨੂੰ ਇੱਦਾਂ ਦਾ ਮੈਨੂੰ ਇੱਕ ਲੈਟਰ ਆਈ ਹੈਗੀ ਆ ਜਿਹਦੇ ਵਿੱਚ 50 ਲੱਖ ਦੀ ਮੇਰੇ ਕੋਲ ਫਰੌਤੀ ਮੰਗੀ ਗਈ। 25 ਤਰੀਕ ਨੂੰ ਇਹ ਲੈਟਰ ਆਈ ਸੀ ਇਹਨਾਂ ਨੂੰ, ਇਹਨਾਂ ਨੇ 8/11 ਨੂੰ ਸਾਨੂੰ ਸਲਾਹ ਦਿੱਤੀ। ਸੋ ਇਹਦੇ ਵਿੱਚ ਉਹਨਾਂ ਨੇ ਫਰੌਤੀ ਮੰਗੀ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਲੈਟਰ ਪੈਡ ਦੇ ਉੱਤੇ ਨਾਮ ਲਿਖ ਕੇ ਤਾਂ ਉਹਦੇ ਸੰਬੰਧ ਵਿੱਚ 50 ਲੱਖ ਰੁਪਏ ਦੀ ਫਰੌਤੀ ਮੰਗੀ ਤਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਵੀ ਤੁਹਾਨੂੰ ਘਰ ਬੰਬ ਨਾਲ ਦਾਂਗੇ ਜਾਂ ਤੁਹਾਨੂੰ ਗੋਲੀ ਮਾਰ ਦਾਂਗੇ ਕਿ ਤੁਸੀਂ ਪੈਸੇ ਨਾ ਦਿੱਤੇ। ਉਹ ਸਾਰੀ ਡਿਟੇਲ ਜਿਹੜੀ ਹੈਗੀ ਲੈਟਰ ਇਹਨਾਂ ਨੇ ਸਾਨੂੰ ਪੇਸ਼ ਕੀਤੀ ਅਤੇ ਇਹਦੇ ਆਧਾਰ 'ਤੇ ਅਸੀਂ FIR ਲੌਂਚ ਕਰ ਲਈ ਜੀ ਇਸ ਸੰਬੰਧ ਵਿੱਚ, ਔਰ ਇਹਦੀ ਹੈਗੀ ਤਫਤੀਸ਼ ਫਰਦਰ ਜਾਰੀ ਕੀਤੀ। ਇਹਦੇ 'ਚ ਹੈਗਾ, ਇਹਦੇ 4 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਆ। ਇੱਕ ਹੈਗੇ ਜਸਪਾਲ ਸਿੰਘ ਕੰਗ, ਸੰਦੀਪ ਸਿੰਘ, ਬਲਜੀਤ ਸਿੰਘ ਉਰਫ ਬੱਗਾ ਅਤੇ ਰਾਜਕੁਮਾਰ ਰਾਜੂ। ਜਸਪਾਲ ਸਿੰਘ ਕੰਗ ਦਾ ਜਿਹੜਾ ਹੈਗਾ ਹਾਲੇ ਤੱਕ ਇਸ ਸੰਬੰਧੀ ਜਿਹੜੀ ਹੈਗੀ ਹੈ ਇਹਦੀ ਅਰੈਸਟ ਕੀਤੀ ਗਈ ਕੱਲ੍ਹ ਨੂੰ। ਇਹਦੀ ਹੈਗਾ ਫਰਦਰ ਜਿਹੜੀ ਹੈ ਇੰਟਰੋਗੇਸ਼ਨ ਦੇ ਵਿੱਚ ਕਲੈਰਿਟੀ ਹੋਊਗੀ। ਹਾਲੇ ਤੱਕ ਜਿਹੜਾ ਹੈਗਾ ਕਿਸੇ ਪਾਰਟੀ ਸੰਬੰਧੀ ਸਾਨੂੰ ਇਹਦੇ ਬਾਅਦ 'ਚ ਹਾਲੇ ਸਾਹਮਣੇ ਨਹੀਂ ਆਈ ਗੱਲ ਕਿ ਇਹਦੀ ਕਿਸੇ ਨਾਲ ਐਫੀਲੇਸ਼ਨ ਸੀਗੀ। ਇਹਦੇ 'ਚ ਟੋਟਲ 4 ਬੰਦੇ ਜੀ, ਜਸਪਾਲ ਸਿੰਘ ਕੰਗ, ਇਸਦਾ ਲੜਕਾ ਸੰਦੀਪ, ਇੱਕ ਤੁਹਾਨੂੰ ਦੱਸਿਆ ਬਲਜੀਤ ਸਿੰਘ ਉਰਫ ਬੱਗਾ, ਤਾਂ ਰਾਜਕੁਮਾਰ ਰਾਜੂ। ਬਲਜੀਤ ਬੱਗਾ ਜਿਹੜਾ ਇਹਨਾਂ ਦਾ ਡਰਾਈਵਰ ਆ, ਜਿਹੜਾ ਰਾਜੂ ਹੈਗਾ ਰਾਜਕੁਮਾਰ ਜਿਹੜਾ ਹੈਗਾ ਉਹ ਵੀ ਇਹਦੇ ਨਾਲ ਡਰਾਈਵਰ ਰਿਹਾ ਪਹਿਲਾਂ, ਤਾਂ ਕਾਫੀ ਐਸੋਸੀਏਟਿਡ ਆ, ਹੁਣ ਲਗਾਤਾਰ ਇਹਨਾਂ ਦੇ ਨਾਲ ਹੀ ਰਿਹਾ ਹੈਗਾ। ਤਾਂ ਉਹ ਦੋਨਾਂ ਦੇ, ਇਹਨਾਂ ਦੀ ਪਲੈਨਿੰਗ ਦੇ ਨਾਲ ਇਹਨਾਂ ਨੇ ਕਹਿਦਾ ਜਿਹੜਾ ਹੈਗਾ ਪੈਸੇ ਤੋਂ ਜਿਹੜਾ ਹੈਗਾ ਕਾਫੀ ਜ਼ਿਆਦਾ ਇਹਨਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀ ਸੀ। ਤਾਂ ਉਹਦੇ ਕਾਰਨ ਜਿਹੜਾ ਹੈਗਾ ਇਹਨਾਂ ਨੂੰ ਇਹ ਕੁਛ ਸਮਾਂ ਪਹਿਲਾਂ ਤੋਂ ਹੀ ਪੁਰਾਣਾ ਇੱਥੇ ਦਾ ਜਾਣਦਾ ਹੈਗਾ, ਤਾਂ ਉਹ ਇਸ ਪਹਿਲਾਂ ਵੀ ਕਾਫੀ ਸਾਲ ਪਹਿਲਾਂ ਇਹਨਾਂ ਆੜਤ ਦਾ ਵੀ ਕੰਮ ਕਰਦੇ ਰਹੇ, ਬਾਅਦ ਪ੍ਰੋਪਰਟੀ ਦਾ ਕੰਮ ਕਰਦੇ ਰਹੇ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਬਣਾ ਕੇ ਉਹ ਇਹਨਾਂ ਨੇ ਬਣਾ ਕੇ ਦਿੱਤਾ ਹੈਗਾ। ਤਾਂ ਉਹਦੇ ਵਿਹਾਵ ਦੇ ਉੱਤੇ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਹੈਗੀ। ਇਹਨਾਂ ਨੇ ਜਿਹੜਾ ਹੈਗਾ ਜਿਹੜੇ ਬੰਦਿਆਂ ਦਾ ਜਿਹੜੇ ਕੰਪਲੇਨੈਂਟ ਸੀਗਾ ਇਹ ਬਹੁਤ ਜ਼ਿਆਦਾ ਸਹਿਮ ਗਿਆ ਸੀਗਾ ਇਸ ਮੈਟਰ ਦੇ ਵਿੱਚ, ਜਿਹਨਾਂ ਦੇ ਉਹਨਾਂ ਨੂੰ ਲੈਟਰ ਪਾਈ ਗਈ, ਇੱਕਦਮ ਡਰ ਦਾ ਮਾਹੌਲ ਬਣ ਗਿਆ ਸੀ ਉਹਨਾਂ ਦੇ ਘਰ ਦੇ ਵਿੱਚ। ਤਾਂ ਉਹਨਾਂ ਦੇ ਕਿਉਂਕਿ ਇਸ ਕਾਫੀ ਸਾਲ ਪਹਿਲਾਂ ਉਹਦੇ ਬੇਟੇ ਦੀ ਜਿਹੜੀ ਹੈਗੀ ਕਿਡਨੈਪਿੰਗ ਹੋਈ ਸੀਗੀ ਕੋਈ 5-6 ਸਾਲ ਪਹਿਲਾਂ, ਤਾਂ ਉਹ ਕਿਡਨੈਪਿੰਗ ਦੇ ਵਿੱਚ ਉਹ ਬੰਦੇ ਵੀ ਫੜੇ ਗਏ ਸੀਗੇ, ਉਹਨਾਂ ਨੂੰ ਸਜ਼ਾ ਵੀ ਹੋ ਗਈ। ਤਾਂ ਉਸ ਸੰਬੰਧ ਵਿੱਚ ਉਹ ਕਾਫੀ ਉਹਨੇ ਇਸ ਡਰ ਦੇ ਮਾਹੌਲ ਸੀਗਾ, ਫਿਰ ਬਾਅਦ ਦੇ ਵਿੱਚ ਉਹਨੇ ਆਪਣਾ ਮਨ ਬਣਾ ਕੇ ਜਿਹੜਾ ਹੈਗਾ ਪੁਲਿਸ ਨੂੰ ਕਿਹਾ। ਇਹਨਾਂ ਬੰਦਿਆਂ ਤੋਂ ਜਿਹੜੀ ਹੈਗੀ ਇਸ ਸੰਬੰਧੀ ਜਿਹੜਾ ਹੈਗਾ ਇੱਕ ਪੁੱਛਗਿੱਛ ਹੋਰ ਆਇਆ ਕਿ ਇਹਨੇ ਹੋਰ ਵੀ ਜਿਹੜੀ ਹੈਗੀ ਲੈਟਰ ਲਿਖਵਾ ਕੇ ਜਿਹੜੀ ਹੈਗੀ ਆ ਬੰਦੇ ਦੇ ਘਰ, ਜਿਹੜਾ ਮੁਨੀਮ ਹੈ ਮੁੰਡਾ ਅਕਾਊਂਟਸ ਦਾ ਕੰਮ ਕਰਦਾ ਉਹ ਵੀ ਆੜ ਦੇ ਵਿੱਚ, ਇਹਦੇ ਘਰ ਦੇ ਕਰੀਬ ਹੀ ਰਹਿੰਦਾ ਆ ਇਹਦੇ ਜਸਪਾਲ ਕੰਗ ਦੇ, ਉਹਦੇ ਘਰ ਇਹਦੇ ਹੈਗੀ ਸਿੱਟੀ ਹੈਗੀ ਲੈਟਰ, ਉਹ ਵੱਖਰੇ ਤੌਰ 'ਤੇ ਅਸੀਂ ਜਿਹੜਾ ਹੈਗਾ ਉਸ ਬੰਦੇ ਨੂੰ ਜਿਹੜਾ ਜਿਹਨਾਂ ਦੇ ਬਾਰੇ ਜ਼ਿਕਰ ਆਇਆ ਹੈਗਾ ਉਹਨਾਂ ਦੇ ਵੱਖਰੇ ਤੌਰ 'ਤੇ ਉਹਨਾਂ ਨੂੰ ਜਿਹੜਾ ਇਨਵੈਸਟੀਗੇਸ਼ਨ 'ਚ ਜੁਆਇਨ ਕਰਾਵਾਂਗੇ ਜੀ। ਕਿਉਂਕਿ ਹੈਗਾ ਇਹਦੇ ਵਿੱਚ ਕੀ ਆ ਕਿ ਇਹਨਾਂ ਦਾ ਪਲੈਨਿੰਗ ਸੀਗੀ ਹੋਰ ਵੀ ਅੱਗੇ ਇੱਦਾਂ ਦੇ ਵਾਰਦਾਤ ਕਰਨ ਦੀ, ਇਹਦੇ ਨਾਲ ਜਿਹੜਾ ਹੈਗਾ
ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਮਾਹੌਲ ਇੱਦਾਂ ਦਾ ਬਣ ਗਿਆ ਸੀਗਾ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਵਪਾਰੀ ਵਰਗ ਦੇ ਵਿੱਚ। ਉੱਥੇ ਹੀ ਕਾਬੂ ਕੀਤੇ ਗਏ ਆਰਤੀ ਜਸਪਾਲ ਸਿੰਘ ਕੰਗ ਨੇ ਕਿਹਾ ਕਿ ਉਹਨੂੰ ਆਪਣੇ ਕਿੱਤੇ ਤੇ ਪਛਤਾਵਾ ਹੈ। ਵਾਰਦਾਤ ਨੂੰ ਜਾਣ ਦਿੱਤਾ ਹੈ ਕਿ ਕੀ ਕਾਰਨ ਮੰਨਦੇ ਹੋ ਤੁਸੀਂ, ਕੀ ਜ਼ਰੂਰਤ ਪੈ ਗਈ ਸੀ? ਕੋਈ ਜ਼ਰੂਰਤ ਨਹੀਂ, ਮਾੜੀ ਕਿਸਮਤ ਸੀ। ਕਿਸ ਤਰ੍ਹਾਂ ਦੇ ਸੀਗੇ ਵੀ ਜੇ ਹਾਲਾਤ ਕੀ ਤੁਹਾਡੇ ਬਣ ਗਏ ਸੀਗੇ ਵੀ ਜਿਹੜਾ ਇਸ ਤਰ੍ਹਾਂ ਤੁਹਾਨੂੰ ਮਜਬੂਰ ਹੋਣਾ ਪਿਆ? ਹਾਲਾਤਾਂ ਨੂੰ ਕੁਛ ਨਹੀਂ ਹੋਇਆ ਸੀ, ਬਸ ਸੰਗਤ ਬੜੀ 'ਚ ਪੈ ਗਈ। ਕੀ ਮਹਿਸੂਸ ਕਰ ਰਹੇ ਹੋ? ਬਹੁਤ, ਇਸ ਤੋਂ ਮਾੜਾ ਕੋਈ ਦਿਨ ਨਹੀਂ ਹੋਣਾ ਸਾਡੇ ਜ਼ਿੰਦਗੀ 'ਚ। ਉੱਧਰ ਦਾਦੂਵਾਲ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀ ਬਾਦਲਾਂ ਦੇ ਕਾਰੋਬਾਰ ਦੀ ਦੇਖ ਰੇਖ ਕਰਨ ਵਾਲੇ ਦੇ ਰਿਸ਼ਤੇਦਾਰ ਨੇ। ਉੱਧਰ ਦਾਦੂਵਾਲ ਨੇ ਕਿਹਾ ਕਿ ਫੜੇ ਗਏ ਇਹ ਬਾਪ ਪੁੱਤ ਬਾਦਲਾਂ ਦੇ ਕਾਰੋਬਾਰ 'ਚ ਭਾਈਵਾਲ ਨੇ ਤੇ ਕਾਬੂ ਕੀਤੇ ਗਏ ਦੋਸ਼ੀ ਬਾਦਲਾਂ ਦੇ ਕਾਰੋਬਾਰ ਦੀ ਦੇਖ ਰੇਖ ਕਰਨ ਵਾਲੇ ਦੇ ਰਿਸ਼ਤੇਦਾਰ ਨੇ। ਕਿਹਾ ਪਿਛਲੇ ਦਿਨੀ 2-4 ਦਿਨ ਪਹਿਲਾਂ ਮਲੋਰ ਦੇ ਵਿੱਚ ਇੱਕ ਹਿੰਦੂ ਆਰਤੀਏ ਦੇ ਕੋਲੋਂ ਬੱਬਰ ਖਾਲਸਾ ਦੀ ਚਿੱਠੀ ਲਿਖ ਕੇ 50 ਲੱਖ ਦੀ ਫਰੌਤੀ ਮੰਗੀ ਗਈ ਕਿ ਨਹੀਂ ਤੇ ਤੁਹਾਡਾ ਪਰਿਵਾਰ ਮਾਰ ਦਿੱਤਾ ਜਾਵੇਗਾ। ਬੱਬਰ ਖਾਲਸਾ ਦਾ ਨਾਂ ਵਰਤਿਆ ਗਿਆ, ਪਰ ਅੱਜ ਜਿਹੜੇ ਦੋਸ਼ੀ ਫੜੇ ਗਏ ਆ ਤੁਸੀਂ ਹੈਰਾਨ ਹੋਵੋਗੇ, ਉਹ ਬਾਦਲਾਂ ਦੇ ਕਾਰੋਬਾਰ ਦੇ ਭਾਈਵਾਲ ਜਿਹੜਾ ਬਾਦਲਾਂ ਦਾ ਸਾਰਾ ਕਾਰੋਬਾਰ ਸੰਭਾਲਦਾ ਕੋਈ ਲੱਖੀ ਨਾਂ ਦਾ ਬੰਦਾ, ਉਹਦਾ ਸਹੁਰਾ ਤੇ ਸਾਲਾ ਜਿਹੜੇ ਬਾਦਲਾਂ ਦੇ ਕਾਰੋਬਾਰ ਦੇ ਭਾਗੀਦਾਰ ਨੇ ਤੇ ਸਰਮਾਏਦਾਰ ਨੇ, ਉਹਨਾਂ ਨੇ ਦੇਖੋ ਗੁਰਮੁਖ ਪਿਆਰੇ ਉਹਨਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਦਲ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਕਿ ਇਹਨਾਂ ਤੇ ਟਾਂਡਾ ਜਾਂ ਜੋ ਵੀ TDP ਜੋ ਵੀ ਧਰਾਵਾਂ ਲੱਗਦੀਆਂ ਨੇ ਉਹਨਾਂ ਤੋਂ ਬਚਾਇਆ ਜਾ ਰਿਹਾ ਉਹਨਾਂ ਨੂੰ। ਅੱਜ ਕੱਲ੍ਹ ਡਿਟੇਲਾਂ ਨਿਕਲੀਆਂ ਚਾਹੀਦੀਆਂ ਨੇ ਬਾਦਲਾਂ ਦੀਆਂ ਕਿ ਕਿਸ ਤਰ੍ਹਾਂ ਪੁਲਿਸ ਅਫਸਰਾਂ ਨੂੰ ਸਰਕਾਰ ਨੂੰ ਉਹਨਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਆ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਆੜਤੀਆਂ ਕੋਲੋਂ 50 ਲੱਖ ਦੀ ਫਰੌਤੀ ਮੰਗੀ ਬੱਬਰ ਖਾਲਸਾ ਦੇ ਨਾਂ ਤੇ। ਇਹ ਮਾਹੌਲ ਕੌਣ ਖਰਾਬ ਕਰ ਰਿਹਾ ਹੁਣ ਦੱਸੋ? ਇਹ ਕੋਈ ਬੱਬਰ ਖਾਲਸਾ ਇੱਥੇ ਮਾਹੌਲ ਖਰਾਬ ਕਰ ਰਿਹਾ? ਇੱਥੇ ਕੋਈ ਇਨਸਾਫ ਮੋਰਚਾ ਜਾਂ ਜਥੇਦਾਰ ਦਾ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਮਾਹੌਲ ਖਰਾਬ ਕਰ ਰਹੀਆਂ? ਮਾਹੌਲ ਖਰਾਬ ਕਰ ਰਹੇ ਬਾਦਲ ਕੇ ਮਜੀਠੀਏ ਕੇ। ਮਲੌਟ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।